ही दर्शकों का स्वागत है। दस दईए कि दिल्ली स्थित श्री गुरु रविदास जी के मंदिर तोड़े जाने के विरोध के रविदास समुदाय वालों जनतक पद्धर उत्ते पंजाब बंद का देश बंद का ऐलान किया गया सीगा, जिस तो उपरंत वो रिजल्ट हैगा तुसी देख सकते हो। अज असी अमृतसर जलंधर नैशनल हाईवे ते स्थित टोल प्लाजा ढिलवां विखे खड़े हैं, जिथे कि हमेशा लंबिया कतारा वाहनों दी देखण नूं मिलदियां ने। दस दईए कि अज इस टोल प्लाजे के उत्ते तुसी दूर तक देखोगे इक्का दुक्का वाहन जिहड़े हैगे आ उह आ रहे ने। कह सकते हैं कि पंजाब बंद का भरवां जिहड़ा हंगारा हैगा वा देखण नूं मिल रहा वा। कई जगह के उत्ते तुसी देखोगे कि शहरां दे विच वी सड़कां बंद होण कारण जिहड़ियां मेन हाईवे हैगा वा जिहड़ा कि अमृतसर जलंधर नैशनल हाईवे ते स्थित है, इस मार्ग के उत्ते भी जिहड़े वाहनों की कोई ज़्यादा चहलकदमी नहीं पाई जा रही। असी दस दईए कि इस टाइम असी जिहड़ा ढिलवां टोल प्लाजा हैगा वा उत्थे तुसी मेरे पिछे देखोगे कि ये कतारां जिहड़ियां हैगियां वा हमेशा इत्थे लाइनां लगियां रहिंदियां ने वाहनों दीआं, अक्सर लंबियां कतारां करके लोग उलझदे भी ने। इत्थे इस टाइम साढ़े नाल टोल अधिकारी कुछ मौजूद ने। दस दईए कि सारा स्टाफ इत्थे फ्री है, मतलब वेला बैठा होया है। उन्हां नाल गलबात करांगे, पुछांगे कि किवें दा ਜਿਹੜਾ ਰਿਸਪੌਂਸ ਹੈਗਾ ਵਾ ਅੱਜ ਦਾ ਪੰਜਾਬ ਬੰਦ ਦਾ ਕਿੱਦਾਂ ਦਾ ਹੈਗਾ ਜੀ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕਿਵੇਂ ਦਾ ਰਿਸਪੌਂਸ ਹੈਗਾ ਜੀ? ਅੱਜ ਤੋਂ ਟ੍ਰੈਫਿਕ ਨਹੀਂ ਚੱਲ ਰਹੀ ਹੈ, 1% 2% ਤੱਕ ਚੱਲ ਰਹੀ ਹੈ ਸਵੇਰ ਤੋਂ। ਕਿਸ ਤਰ੍ਹਾਂ ਦੀ ਜਿਹੜੀ ਉਦਾਂ ਨਾਰਮਲ ਆਪਾਂ ਕਹਿ ਦਈਏ ਕਿ ਹਾਂ ਠੀਕ ਹੈ ਆਵਾਜਾਈ ਹੈਗੀ ਆ, ਕਿੱਦਾਂ ਦੀ ਹੁੰਦੀ ਵਾਹਨਾਂ ਦੀ? ਇਹ ਤਾਂ ਨਾਰਮਲ ਬੰਦ ਹੀ ਹੈ ਕਿਸਮ ਕਾ, ਬੰਦ ਹੀ ਹੈ। ਕਿਸ ਤਰ੍ਹਾਂ ਲੱਗਦਾ ਕਿ ਆਪਣੇ ਤੌਰ ਦੇ ਉੱਤੇ ਕਿੰਨਾ ਕੁ ਘਾਟਾ ਜਿਹੜਾ ਹੈਗਾ ਵਾ ਉਹ ਅੱਜ ਕੰਪਨੀ ਨੂੰ ਲੱਗ ਸਕਦਾ ਹੈ? 90% 95% ਤੱਕ ਘਾਟਾ ਲੱਗੇਗਾ। ਰਾਤ ਮੈਂ ਸਾਰੀ ਟ੍ਰੈਫਿਕ ਚੱਲੇ। ਸੋ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਵੀ ਇੱਥੇ ਜਿਹੜਾ ਸਟਾਫ ਹੈਗਾ ਇਹਨਾਂ ਦਾ ਸਮੂਹ ਟੋਲ ਪਲਾਜ਼ਾ ਦਾ ਉਹ ਮੌਜੂਦ ਹੈਗਾ ਵਾ, ਉਹਨਾਂ ਨਾਲ ਗੱਲਬਾਤ ਕਰਾਂਗੇ। ਹਾਂਜੀ, ਤੁਸੀਂ ਲਾਈਨ ਦੇ ਵਿੱਚ? ਹਾਂਜੀ ਸਰ। ਕਿਵੇਂ ਦਾ ਅੱਜ ਬੰਦ ਦਾ? ਕਿਵੇਂ? ਬਹੁਤ ਹੀ ਘੱਟ ਟ੍ਰੈਫਿਕ ਹੈ ਸਰ ਅੱਜ। ਘੱਟ ਹੈ? ਹਾਂਜੀ। ਕਿੰਨਾ? ਕਾਫੀ 90%। ਹਾਂਜੀ। ਸੋ ਇਵੇਂ ਆ ਕਿ 90% ਦੇ ਕਰੀਬ ਅੱਜ ਇਸ ਨੈਸ਼ਨਲ ਹਾਈਵੇ ਦੇ ਉੱਤੇ ਬੰਦੀ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਜਿਹੜੇ ਕੰਪਨੀ ਦੇ ਅਧਿਕਾਰੀ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰਨ 'ਤੇ ਉਹਨਾਂ ਨੇ ਦੱਸਿਆ ਹੈਗਾ ਕਿ ਕੰਪਨੀ ਨੂੰ ਵੀ ਇਸ ਗੱਲ ਦਾ ਕਾਫੀ ਘਾਟਾ ਰਹੇਗਾ, ਨਿੱਜੀ ਨੁਕਸਾਨ ਜਿਹੜਾ ਹੈਗਾ ਵਾ ਉਹ ਰਹੇਗਾ। ਕਿਉਂ? ਕਿਉਂਕਿ ਵਾਹਨਾਂ ਦੀ ਕਤਾਰ ਅੱਜ ਬਹੁਤ ਘੱਟ ਹੈ, ਵਾਹਨਾਂ ਦੀ ਆਵਾਜਾਈ ਬਹੁਤ ਘੱਟ ਹੈ, ਜਿਸ ਦੇ ਚੱਲਦਿਆਂ ਅੱਜ ਇਹ ਟੋਲ ਪਲਾਜ਼ਾ ਫ੍ਰੀ ਪਾਇਆ ਜਾ ਰਿਹਾ ਹੈ। ਕੈਮਰਾਮੈਨ ਹੈਪੀ ਦੇ ਨਾਲ ਗੁਰਦਰਸ਼ਨ ਸਿੰਘ, ਪ੍ਰਿੰਸ ਢਿਲਵਾਂ, ਕਪੂਰਥਲਾ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ 'ਤੇ ਜਾਣਾ ਚਾਹੁੰਦੇ ਹੋ ਤਾਂ ਜਨਵਰੀ 2020 ਦੇ ਦਾਖਲੇ ਖੁੱਲ੍ਹ ਚੁੱਕੇ ਹਨ। ਯੂਨੋ SDS, non-SDS, ਯੂਨੀਵਰਸਿਟੀ ਪ੍ਰਣਾਲੀ ਦੇ ਅੰਦਰ ਤੁਸੀਂ ਜਨਵਰੀ ਸੈਸ਼ਨ ਦੇ ਲਈ ਦਾਖਲਾ ਲੈ ਕੇ ਟਾਈਮ ਸਿਰ ਆਪਣਾ ਵੀਜ਼ਾ ਫਾਈਲ ਕਰ ਸਕਦੇ ਹੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ।